ਰਾਣੀ ਸੁੰਦਰਾ ਬੇਨਤੀ ਕਰਦੀ ਵਈ ਰਾਣੀ ਸੁੰਦਰਾ ਸੁੰਦਰਾ ਬੇਨਤੀ ਕਰਦੀ ਜੋਗੀ ਦੀ ਬਾਹ ਪਰ ਕੇ ਗੱਲ ਸੁਣ ਲੈ ਸੁਣ ਲੈ ਪੋਹਲੇ ਆ ਮੇਰੀ ਵੇ ਸੱਚ ਮੁੱਚ ਜਾਣ ਲਈ ਤੇਰੇ ਬਾਜੋ ਸਾਡੀ ਆਡੀਅנס ਦੇਖੋ ਜੀ ਅਸੀਂ ਪਹਿਲੀ ਦਾ ਇਹ ਗੱਲ ਹੈ ਕਿ ਆਪਾਂ ਲੱਚਰ ਨਹੀਂ ਗਾਉਣਾ ਜ਼ਿੰਦਗੀ 'ਚ ਕਦੇ ਵੀ ਨਹੀਂ ਗਾਉਣਾ ਲੱਚਰ ਆਪਾਂ ਉਹੀ ਮੈਟਰ ਰੱਖਣਾ ਜਿਹੜਾ ਆਪਾਂ ਪਰਿਵਾਰ ਦੇ ਵਿੱਚ ਬਹਿ ਕੇ ਸੁਣ ਸਕੀਏ ਦੇਖ ਸਕੀਏ ਹੋ ਸਕਿਆ ਆਪਰਾਵਾਂ ਜੇ ਯਾਰ ਬੱਲੀਏ ਹੀਰਿਆਂ ਤੋਂ ਕਿਤੇ ਕੀਮਤੀ ਨੇ ਵੱਧ ਕੇ ਦੇਖੋ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਹੁਣੇ ਮੈਂ 3 ਮਹੀਨੇ ਦਾ ਯੂਕੇ ਟੂਰ ਕਰਕੇ ਆਇਆ 2001 ਤੋਂ ਮੈਂ ਸਟਾਰਟਿੰਗ ਕੀਤੀ ਜਦੋਂ ਸਕੂਲ ਟਾਈਮ ਤੋਂ ਬਾਅਦ ਢੋਲ ਢੋਲ ਪਲੇ ਕੀਤਾ ਉਸ ਤੋਂ ਬਾਅਦ ਹੌਲੀ-ਹੌਲੀ ਸਕੂਲਾਂ ਕਾਲਜਾਂ ਦੇ ਵਿੱਚ ਭੰਗੜਾ ਸਿਖਾਉਣਾ ਸ਼ੁਰੂ ਕੀਤਾ ਉਹਦੇ ਨਾਲ ਹੀ ਫਿਰ ਆਪਾਂ ਬੋਲੀਆਂ ਪਾਉਣੀਆਂ ਸ਼ੁਰੂ ਕੀਤੀਆਂ बोलियां ਤੋਂ ਬਾਅਦ ਸਿਰਫ ਪਲੇਟਫਾਰਮ ਸਾਨੂੰ ਮਿਲਿਆ ਪਹਿਲੀ ਟੇਪ ਕੀਤੀ ਆਪਾਂ ਤਨ ਤਨ ਹਰੂਰ ਨਾਭ ਕਮਲ ਰਾਜਾ ਸਾਹਿਬ ਜੀ ਮਹਾਰਾਜ ਜਿੰਦ ਦੀਵਾਨੀ ਰਾਜਾ ਸਾਹਿਬ ਜੀ ਦੀ ਇਹ ਤਾਂ ਨਹੀਂ ਕਿ ਜਦੋਂ ਜਸਿੰਦਰ ਹਿੱਟ ਹੋ ਜਾਏਗਾ ਤਾਂ ਉਹਦਾ ਬਦਲ ਜਾਵੇ ਮਾਪਿਆਂ ਦੇ ਸਹੁਰਾ ਰੱਬ ਦੀ ਚ ਰਹੀ ਦਾ ਉੱਚਾ ਨਹੀਂ ਮਾ ਬੋਲਣਾ ਕਿਸੇ ਨੂੰ ਕਦੇ ਕਹੀ ਦਾ ਤਕੜੇ ਦੇ ਅੱਗੇ ਨਾ ਝੁਕਾਈ ਕਦੇ ਤੌਣ ਹੁੰਦਾ ਮਾਰੇ ਤੇ ਜ਼ੁਲਮ ਕਦੇ ਇਹ ਵੀ ਨਹੀਂ ਉਹ ਸਹੀ ਦਾ ਜੀ ਅਕੜਕੀਆਂ ਦੀ ਪੰਨੀ ਤੋੜੀ ਜੱਟ ਨੇ ਨਹੀਂ ਰੱਖੀ ਸ਼ੌਕ ਨਾਲ ਸ਼ੌਕ ਨਾਲ ਬਲਦਾਂ ਦੀ ਜੋੜੀ ਜੱਟ ਨੇ ਨਹੀਂ ਰੱਖੀ ਸ਼ੌਕ ਨਾਲ ਅੱਜ ਦੀ ਗਾਇਕੀ ਦਾ ਯੁੱਗ ਬਦਲ ਗਿਆ ਪੰਜਾਬੀ ਸੱਭਿਆਚਾਰ ਲਈ ਜਿਹੜਾ ਜਾਣੇ ਜਾਂਦੇ ਨੇ ਜਿਵੇਂ ਬਲਦਾਂ ਦੀ ਜੋੜੀ ਦੀ ਗੱਲ ਕੀਤੀ ਹੈਗੀ ਕਬੂਤਰਾਂ ਦੀ ਗੱਲ ਕੀਤੀ ਹੈਗੀ ਤਾਂ ਤੁਹਾਨੂੰ ਨਹੀਂ ਲੱਗਦਾ ਕਿ ਅੱਜ ਦੇ ਟ੍ਰੈਂਡ ਦੇ ਹਿਸਾਬ ਨਾਲ ਜਿੱਥੇ ਅੱਜ ਸਵੈਗ ਦੀਆਂ ਗੱਲਾਂ ਹੋ ਰਹੀਆਂ ਨੇ ਜਿੱਥੇ ਅੱਜ ਟ੍ਰੈਂਡ ਜਿਹੜਾ ਇੰਗਲਿਸ਼ ਵਰਡਸ ਦਾ ਹੈਗਾ ਤੇ ਤੁਸੀਂ ਬਿਲਕੁਲ ਦੇਸੀ ਲੈ ਕੇ ਆ ਰਹੇ ਹੋ ਤੁਹਾਨੂੰ ਲੱਗਦਾ ਕਿ ਤੁਸੀਂ ਚੱਲ ਪਾਉਂਗੇ ਯਾਦ ਹੈ ਕਿ ਉੱਥੇ ਮੇਰਾ ਨਾਂ ਵਰਲਡ ਵਾਈਟ ਕਹਿੰਦੇ ਨੇ ਫਨਕਾਰ ਦੇ ਖੂਨ ਦੇ ਵਿੱਚ ਹੁੰਦੀ ਹੈ ਜਨੂਨ ਜਿਸ ਜਨੂਨ ਦੀ ਗੱਲ ਕਰੀਏ ਤਾਂ ਜਦੋਂ ਜਨੂਨ ਦੇ ਨਾਲ ਮਿਹਨਤ ਹੁੰਦੀ ਹੈ ਤਾਂ ਮਾਲਕ ਕੁਦਰਤ ਇੱਕ ਨਾ ਇੱਕ ਦਿਨ ਉਸ ਦਾ ਫਲ ਜ਼ਰੂਰ ਦਿੰਦੀ ਹੈ ਤੁਸੀਂ ਜੁੜੇ ਹੋ ਪੰਜਾਬੀ ਵਰਲਡ ਵਾਈਟ ਟੀਵੀ ਦੇ ਨਾਲ ਤੇ ਮੈਂ ਪ੍ਰਦੀਪ ਮੈਂ ਸਵਾਗਤ ਕਰਦਾ ਹਾਂ ਤੁਹਾਡਾ ਜਿੱਥੇ ਤੁਸੀਂ ਬਹੁਤ ਵੱਡੀਆਂ-ਵੱਡੀਆਂ ਸੈਲੀਬ੍ਰਿਟੀਆ ਨੂੰ ਸਾਡੇ ਚੈਨਲ ਤੇ ਦੇਖਦੇ ਹੋ ਅੱਜ ਇੱਕ ਉੱਪਰ ਦਾ ਹੈ ਸਤਾਰਾ ਤੁਹਾਡੇ ਨਾਲ ਮਲਾਵਾਂਗੇ ਜਿਸ ਦਾ ਨਾਮ ਜਸ ਇੰਦਰ ਸੋ ਜੇ ਸੰਗੀਤ ਦੀ ਗੱਲ ਕੀਤੀ ਜਾਵੇ ਤਾਂ ਸੰਗੀਤ ਦੀ ਦੁਨੀਆ ਦੇ ਵਿੱਚ ਜਿਨ੍ਹਾਂ ਨੇ ਪਹਿਲਾਂ ਇਨਸਟਰੂਮੈਂਟ ਤੋਂ ਆਪਣੀ ਸੰਗੀਤਕ ਲਾਈਫ ਜਿਹੜੀ ਹੈ ਸ਼ੁਰੂ ਕੀਤੀ ਉਸ ਤੋਂ ਬਾਅਦ ਆਪਣੀ ਮਿਹਨਤ ਨਾਲ ਇੱਕ ਵੱਡੇ ਪਲੇਟਫਾਰਮ ਨੂੰ ਚੁਣਿਆ ਔਰ ਹੌਲੀ-ਹੌਲੀ ਕੋਸ਼ਿਸ਼ ਕੀਤੀ ਇਲਾਕੇ ਦੇ ਸਟੇਜਾਂ ਤੇ ਆਪਣਾ ਨਾਮ ਬਣਾਇਆ ਧਾਰਮਿਕ ਗੀਤਾਂ ਦੀ ਗੱਲ ਕਰੀਏ ਜਾਂ ਜਗਰਾਤਿਆਂ ਦੀ ਗੱਲ ਕਰੀਏ ਇੱਕ ਇਲਾਕੇ ਦੇ ਵਿੱਚ ਵੱਡੀ ਪਛਾਣ ਜਿਹੜੀ ਉਹ ਕਾਇਮ ਕੀਤੀ ਸੋ ਗੱਲਬਾਤ ਕਰਦੇ ਜੇ ਜਸ ਸਿੰਦਰ ਹੁਣਾਂ ਜਸ ਸਿੰਦਰ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪੰਜਾਬੀ ਵਰਲਡਵਾਈਟ ਟੀਵੀ ਤੇ ਥੈਂਕ ਯੂ ਸਤਿ ਸ਼੍ਰੀ ਅਕਾਲ ਸਲਾਮ ਆਦਾਬ ਨਮਸਤੇ ਸੋ ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰਾਂ ਪੰਜਾਬੀ ਵਰਲਡਵਾਈਡ ਮੀਡੀਆ ਦਾ ਸਾਰੀ ਟੀਮ ਦਾ ਜਿਨ੍ਹਾਂ ਨੇ ਅੱਜ ਆਪਣੇ ਚੈਨਲ ਦੇ ਉੱਤੇ ਮੈਨੂੰ ਲਾਈਵ ਹੋਣ ਦਾ ਮੌਕਾ ਦਿੱਤਾ ਸੋ ਪ੍ਰਮਾਤਮਾ ਨੇ ਉਹਨਾਂ ਚੜ੍ਹਦੀ ਕਲਾ 'ਚ ਰੱਖੇ ਮੌਕੇ ਦੀ ਗੱਲ ਆਈ ਹੈ ਤਾਂ ਸਭ ਤੋਂ ਪਹਿਲਾਂ ਜਸਿੰਦਰ ਦੀ ਇਨਸਟਰੂਮੈਂਟ ਨਾਲ ਸਾਜ ਤੇ ਮੌਕਾ ਕਦੋਂ ਹੁੰਦਾ ਤੇ ਉਸ ਤੋਂ ਬਾਅਦ ਇੱਕਦਮ ਗਾਇਕੀ ਵੱਲ ਕੇ ਮੋੜ ਦਿਓ 2001 ਤੋਂ ਮੈਂ ਸਟਾਰਟਿੰਗ ਕੀਤੀ ਜਿੱਦਾਂ ਸਕੂਲ ਟਾਈਮ ਤੋਂ ਬਾਅਦ ਢੋਲ ਢੋਲ ਪਲੇ ਕੀਤਾ ਉਸ ਤੋਂ ਬਾਅਦ ਹੌਲੀ-ਹੌਲੀ ਸਕੂਲਾਂ ਕਾਲਜਾਂ ਦੇ ਵਿੱਚ ਭੰਗੜਾ ਸਿਖਾਉਣਾ ਸ਼ੁਰੂ ਕੀਤਾ ਉਹਦੇ ਨਾਲ ਹੀ ਫਿਰ ਆਪਾਂ ਬੋਲੀਆਂ ਪਾਉਣੀਆਂ ਸ਼ੁਰੂ ਕੀਤੀਆਂ ਮੋਲੀਆਂ ਤੋਂ ਬਾਅਦ ਫਿਰ ਇੱਕ ਪਲੇਟਫਾਰਮ ਸਾਨੂੰ ਮਿਲਿਆ ਪਹਿਲੀ ਟੈਪ ਕੀਤੀ ਆਪਾਂ ਤਨ ਤਨ ਜੀਉ ਨਾਵ ਕਮਲ ਰਾਜਾ ਸਾਹਿਬ ਜੀ ਮਹਾਰਾਜ ਜਿੰਦ ਦੀਵਾਨੀ ਰਾਜਾ ਸਾਹਿਬ ਜੀ ਦੀ ਸੋ ਪਹਿਲੀ ਟੈਪ ਅਸੀਂ ਉਹ ਕੀਤੀ ਸੀ ਉਸ ਤੋਂ ਬਾਅਦ ਫਿਰ ਹੌਲੀ 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 ਲਗਾਤਾਰ ਟਿੱਪਾਂ ਹੁੰਦੀਆਂ ਗਈਆਂ ਹੁੰਦੀਆਂ ਗਈਆਂ ਸੋ ਵਧੀਆ ਰਿਸਪੌਂਸ ਆ ਰਿਹਾ ਧਾਰਮਿਕ ਸ਼ੁਰੂਆਤ ਹੋਈ ਹੈ ਮੈਨੂੰ ਵੀ ਯਾਦ ਹੈ ਕਿ ਉਹਦੇ ਵਿੱਚ ਮੈਂ ਵੀ ਕਮੈਂਟਰੀ ਦੇ ਵਿੱਚ ਜਿਹੜਾ ਆਪਣਾ ਰੋਲ ਅਦਾ ਕੀਤਾ ਸੀਗਾ ਉਸ ਤੋਂ ਬਾਅਦ ਧਾਰਮਿਕ ਜਦੋਂ ਗੀਤ ਹੋ ਗਿਆ ਤੇ ਇੱਕ ਬਲੇਸਿੰਗ ਹੋ ਗਈ ਪ੍ਰਮਾਤਮਾ ਦੀ ਤੇ ਉਸ ਤੋਂ ਬਾਅਦ ਫਿਰ ਵਨ ਵੇ ਵਨ ਕਿਵੇਂ ਸੋਚਿਆ ਕਿਉਂਕਿ ਬਹੁਤ ਵੱਡਾ ਪ੍ਰੋਜੈਕਟ ਹੈਗਾ ਬਹੁਤ ਵੱਡੀਆਂ ਖਰਚੇ ਵਾਲੀਆਂ ਜਿਹੜੀਆਂ ਸਾਰੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਕੌਣ-ਕੌਣ ਹੈਲਪ ਹੋ ਰਿਹਾ ਮੇਰੇ ਯਾਰ ਦੋਸਤ ਹਾਂਸਰ ਅਜ ਦੁੱਗ ਜੀ ਤਰਲੋਚਨ ਛੱਲੀ ਬਰੇਵ ਆਰਟਸ ਦੀ ਪੂਰੀ ਟੀਮ ਸੋ ਮੇਰੇ ਹੋਰ ਵੀ ਯਾਰ ਦੋਸਤ ਬਾਹਰੋਂ ਐਨ ਆਰ ਆਈ ਵੀਰ ਮੇਰੇ ਸਾਰਿਆਂ ਨੇ ਮੇਰਾ ਸਹਿਯੋਗ ਕੀਤਾ ਕਿ ਮੈਨੂੰ ਉਹ ਦੇਖਣਾ ਚਾਹੁੰਦੇ ਸੀ ਕਿ ਮੈਂ ਕਿਸੇ ਵਧੀਆ ਪਲੇਟਫਾਰਮ ਤੇ ਪਹੁੰਚਾਂ ਤੇ ਮੇਰੀ ਵੀ ਆਸ ਸੀਗੀ ਕਿ ਮੈਂ ਜਿਹੜੀਆਂ ਆਸਾਂ ਉਹਨਾਂ ਨੇ ਮੇਤੋਂ ਲਾਈਆਂ ਮੈਂ ਉਹਨਾਂ ਦੀਆਂ ਉਮੀਦਾਂ ਦੇ ਖਰਾ ਉਤਰ ਸਕਾਂ ਕਮਰਸ਼ੀਅਲ ਨਾ ਤੁਹਾਡਾ ਜਿਹੜਾ ਉਹ ਕਿਵੇਂ ਬਣਦਾ ਹੈ ਕਮਰਸ਼ੀਅਲ ਨਾਮ ਮੇਰਾ ਵੈਸੇ ਤਾਂ ਜਸਵਿੰਦਰ ਸਿੰਘ ਆ ਤੇ ਆਰਟਿਸਟ ਲਾਈਨ ਦੇ ਵਿੱਚ ਜਸ ਇੰਦਰ ਸੋ ਮੇਰੇ ਯਾਰ ਦੋਸਤ ਕਹਿੰਦੇ ਸੀ ਆਪਾਂ ਨਾਮ ਚੇਂਜ ਕਰਨਾ ਮੈਂ ਕਿਹਾ ਨਾਮ ਚੇਂਜ ਕਰ ਲੈਂਦੇ ਆ ਤੇ ਆਪਾਂ ਨਾਮ ਚੇਂਜ ਕੀਤਾ ਹੁਣ ਨਾਮ ਜਸ ਇੰਦਰ ਚੱਲ ਰਿਹਾ ਇਹ ਤਾਂ ਨਹੀਂ ਕਿ ਜਦੋਂ ਜਸ ਇੰਦਰ ਹਿੱਟ ਹੋ ਜਾਏਗਾ ਤਾਂ ਉਹਦਾ ਬਦਲ ਜਾਏਗਾ ਨਹੀਂ ਨਹੀਂ ਇਦਾਂ ਨਹੀਂ ਹੋਊਗਾ ਕਿਉਂਕਿ ਜਿਹੜੇ ਟਾਈਮ ਦੇ ਨਾਲ ਮੇਰੇ ਸਾਥੀ ਮੇਰੇ ਜੁੜਿਓ ਆ ਸਟਰਗਲ ਟਾਈਮ ਦੇ ਤੇ ਆਉਣ ਵਾਲਾ ਚੰਗਾ ਟਾਈਮ ਵੀ ਉਹਨਾਂ ਲਈ ਹੋਊਗਾ ਅ ਅੱਜ ਦੀ ਗਾਇਕੀ ਦਾ ਯੋਗ ਬਦਲ ਗਿਆ ਬਿਲਕੁਲ ਟ੍ਰੈਂਡ ਸਾਰਾ ਚੇਂਜ ਹੋ ਗਿਆ ਹੈ 뮤직 ਲਾਈਨ ਦੀ ਗੱਲ ਕਰੀਏ ਤਾਂ ਬਹੁਤ ਕੁਝ ਐਡਵਾਂਸ ਆ ਚੁੱਕਾ ਹੈਗਾ ਤੇ ਜਸਿੰਦਰ ਉਹਨਾਂ ਦੀ ਗੱਲ ਕਰੀਏ ਤਾਂ ਤੁਹਾਡੀ ਆਡੀਅנס ਜਿਹੜੀ ਹੈ ਉਹ ਕਿਹੋ ਜਿਹੀ ਹੈ ਸਾਡੀ ਆਡੀਅנס ਦੇਖੋ ਜੀ ਅਸੀਂ ਪਹਿਲੀ ਤਾਂ ਇਹ ਗੱਲ ਹੈ ਵੀ ਆਪਾਂ ਲੱਚਰ ਨਹੀਂ ਗਾਉਣਾ ਜ਼ਿੰਦਗੀ 'ਚ ਕਦੇ ਵੀ ਨਹੀਂ ਗਾਉਣਾ ਲੱਚਰ ਆਪਾਂ ਉਹੀ ਮੈਟਰ ਰੱਖਣਾ ਜਿਹੜਾ ਆਪਾਂ ਪਰਿਵਾਰ ਦੇ ਵਿੱਚ ਬਹਿ ਕੇ ਸੁਣ ਸਕੀਏ ਦੇਖ ਸਕੀਏ ਦੇਖ ਲਓ ਸਾਰੇ ਸੁਣ ਰਹੇ ਨੇ ਇਹ ਬੰਦਾ ਕਹਿ ਦਿੰਦਾ ਹੈ ਪਰ ਜਦੋਂ ਫੇਮ ਮਿਲ ਜਾਂਦਾ ਹੈ ਫਿਰ ਬੰਦਾ ਕਹਿੰਦਾ ਕੋਈ ਕੋਈ ਨਹੀਂ ਗਾ ਦਿੰਨੇ ਐ ਇਦਾਂ ਨਹੀਂ ਹੋਣਾ ਜੋ ਸੋਚਿਆ ਸਾਰੀ ਉਮਰ ਤੇ ਜੇ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਗੀਤ ਤੁਹਾਡੇ ਜਿਹੜੇ ਆ ਪੰਜਾਬੀ ਸੱਭਿਆਚਾਰ ਲਈ ਜਿਹੜਾ ਜਾਣੇ ਜਾਂਦੇ ਨੇ ਜਿਵੇਂ ਬਲਦਾਂ ਦੀ ਜੋੜੀ ਦੀ ਗੱਲ ਕੀਤੀ ਹੈਗੀ ਕਬੂਤਰਾਂ ਦੀ ਗੱਲ ਕੀਤੀ ਹੈਗੀ ਤਾਂ ਇਹ ਤੁਹਾਨੂੰ ਨਹੀਂ ਲੱਗਦਾ ਕਿ ਅੱਜ ਦੇ ਟ੍ਰੈਂਡ ਦੇ ਹਿਸਾਬ ਨਾਲ ਜਿੱਥੇ ਅੱਜ ਸਵੈਗ ਦੀਆਂ ਗੱਲਾਂ ਹੋ ਰਹੀਆਂ ਨੇ ਜਿੱਥੇ ਅੱਜ ਟ੍ਰੈਂਡ ਜਿਹੜਾ ਇੰਗਲਿਸ਼ ਵਰਡਸ ਦਾ ਹੈਗਾ ਤੇ ਤੁਸੀਂ ਬਿਲਕੁਲ ਦੇਸੀ ਲੈ ਕੇ ਆ ਰਹੇ ਹੋ ਤੁਹਾਨੂੰ ਲੱਗਦਾ ਕਿ ਤੁਸੀਂ ਚੱਲ ਪਾਉਂਗੇ ਨਹੀਂ ਬਿਲਕੁਲ ਚੱਲਾਂਗੇ ਜੀ ਜੇ ਆਪਾਂ ਵਧੀਆ ਸੋਚ ਰੱਖਾਂਗੇ ਸਾਰੀ ਆਡੀਅנס ਇੱਕਰਗੀ ਨਹੀਂ ਹੁੰਦੀ ਜੋ ਸੁਣਨ ਵਾਲੇ 10 ਬੰਦੇ ਟਰੈਪ ਸੁਣ ਰਹੇ ਤਾਂ 99% ਜਿਹੜੇ ਆ 90% ਲੋਕੀ ਫੋਕ ਵੀ ਸੁਣਦੇ ਆ ਜਦੋਂ ਸ਼ੁਰੂਆਤ ਹੁੰਦੀ ਹੈ ਉਦੋਂ ਆਡੀਕ ਹੁੰਦੀ ਹੈ ਆਡੀਅנס ਦੀ ਦਰਸ਼ਕਾਂ ਦੀ ਸਰੋਤਿਆਂ ਦੀ ਫੈਨਸ ਦੀ ਜਾਂ ਜਾਣ ਪਹਿਚਾਨ ਦੀ ਤੇ ਹੁਣ ਤੱਕ ਦਾ ਸਫਰ ਕਿਵੇਂ ਰਿਹਾ ਕਿ ਕਿੰਨਾ ਤੁਸੀਂ ਜਿਹੜਾ ਉਹਨੂੰ ਅਚੀਵ ਕਰ ਚੁੱਕੇ ਹੋ ਬਹੁਤ ਵਧੀਆ ਸਫਰ ਰਿਹਾ ਜੀ ਦੇਖੋ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਹੁਣੇ ਹੀ ਮੈਂ 3 ਮਹੀਨੇ ਦਾ ਯੂਕੇ ਟੂਰ ਕਰਕੇ ਆਇਆ ਟੀ3 ਕੰਪਨੀ ਵੱਲੋਂ ਟੂਰ ਸੀ ਸਾਡਾ ਬਹੁਤ ਇਥੇ ਰਿਸਪੌਂਸ ਮਿਲਿਆ ਨਵੀਂ ਆਡੀਅੰਸ ਮਿਲੀ ਨਵਾਂ ਸਾਨੂੰ ਤਜਰਬਾ ਮਿਲਿਆ ਉੱਥੇ ਬਹੁਤ ਵਧੀਆ ਟੂਰ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਨਵੇਂ-ਨਵੇਂ ਗਾਣੇ ਤਿਆਰ ਹੈ ਬਿਲਕੁਲ ਉਹ ਵੀ ਹੌ ਇਹ ਇਹ ਤੇ ਮੈਂ ਵੀ ਦੱਸ ਦਮੰਦ ਰਸਕਨ ਨੂੰ ਕਿ ਜਿੱਥੇ ਅਸੀਂ ਚਰਚਿਤ ਕਲਾਕਾਰਾਂ ਦੀ ਗੱਲ ਕਰੀਏ ਤਾਂ ਜਿਹੜੇ ਨਵੇਂ ਤੇ ਉੱਪਰ ਦੇ ਗਾਇਕ ਨੇ ਉਹ ਵੀ ਵਿਦੇਸ਼ੀ ਦੌਰਿਆਂ ਤੇ ਰਹਿੰਦੇ ਨੇ ਤੇ ਜਸਿੰਦਰ ਉਹਨਾਂ ਦੀ ਗੱਲ ਕਰੀਏ ਤਾਂ ਮਈ ਦੀ 17-18 ਨੂੰ ਜਿਹੜਾ ਇੰਗਲੈਂਡ ਦੀ ਤਰਜੀਤ ਤੋਂ ਪੰਜਾਬ ਪਹੁੰਚੇ ਨੇ ਸੋ ਆਪਣਾ ਆਈਡਲ ਕਿਸ ਨੂੰ ਮੰਨਦੇ ਹੋ ਦੇਖੋ ਜੀ ਆਈਡਲ ਆਪਾਂ ਮੰਨੀਦਾ ਆ ਪਹਿਲੀ ਗੱਲ ਤਾਂ ਆਪਾਂ ਹਰ ਇੱਕ ਆਰਟਿਸਟ ਦੀ ਕਦਰ ਕਰਦੇ ਆ ਰਿਸਪੈਕਟ ਕਰਦੇ ਆ ਕਿਉਂਕਿ ਗੌਣ ਵਾਲੇ ਤਾਂ ਬਹੁਤ ਉੱਪਰ ਤੋਂ ਉੱਪਰ ਆ ਕਿ ਨੈਚਰਲੀ ਆ ਤੁਸੀਂ 뮤זיਕ ਲਾਈਨਾਂ ਹੋ ਇਨਸਟਰੂਮੈਂਟ ਪਲੇ ਕਰਦੇ ਰਹੇ ਹੋ ਢੋਲ ਬਹੁਤ ਸਾਰੇ ਫਨਕਾਰਾਂ ਦਾ ਕੰਮ ਕਰਨ ਦਾ ਮੌਕਾ ਮਿਲਿਆ ਫਿਰ ਕਿਸੇ ਨਾ ਕਿਸੇ ਤੋਂ ਬੰਦਾ ਇਨਸਪਾਇਰ ਜ਼ਰੂਰ ਹੁੰਦਾ ਹੈਗਾ ਜਸਿੰਦਰ ਕਿਸ ਤੋਂ ਪ੍ਰਭਾਵਿਤ ਹੈ ਮੇਰੇ ਸਤਿਕਾਰਯੋਗ ਮਾਮਾ ਜੀ सुरेंद्र ਥੰਦੀ ਜੀ ਜਦੋਂ ਮੈਂ ਮਤਲਬ ਸਟਰਗਲ ਕਰਨਾ ਸ਼ੁਰੂ ਕੀਤਾ ਤੇ ਉਹਨਾਂ ਦੇ ਬਹੁਤ ਪ੍ਰੋਗਰਾਮ ਲੱਗਦੇ ਸੀ ਮਹੀਨੇ ਦੇ ਆਈ ਥਿੰਕ 30 30 35 35 ਪ੍ਰੋਗਰਾਮ ਲੱਗਦੇ ਹੁੰਦੇ ਸੀ ਉਹਨਾਂ ਨੂੰ ਦੇਖ ਕੇ ਉਹਨਾਂ ਦੇ ਨਾਲ ਕੰਮ ਕਰਕੇ ਸਟਾਰਟਿੰਗ ਉਹਨਾਂ ਤੋਂ ਹੋਈ ਹੈ ਸਾਡੇ ਸਤਿਕਾਰਯੋਗ ਵੱਡੇ ਵੀਰ ਜਨਾਬ ਨਛੱਤਰ ਗੱਲ ਜੀ ਉਹਨਾਂ ਨੂੰ ਗਾਉਂਦੇ ਦੇਖਦੇ ਹੁੰਦੇ ਸੀ ਸਾਡੇ 'ਚ ਵੀ ਹੁੰਦਾ ਸੀ ਕਿ ਅਸੀਂ ਵੀ ਕਦੇ ਇਦਾਂ ਦੇ ਗਾ ਸਕਾਂਗੇ ਜਾਂ ਕੁਝ ਸਾਡੇ ਵੀ ਗਾਣੇ ਆਊਗਾ ਸਾਡੀਆਂ ਵੀ ਟੇਪ ਆਉਣਗੀਆਂ ਪਰ ਅਸੀਂ ਮਿਹਨਤ ਕੀਤੀ ਔਰ ਯਾਰਾਂ ਦੋਸਤਾਂ ਦੀ ਸਪੋਰਟ ਨਾਲ ਅੱਜ ਆਪਾਂ ਇਸ ਲੈਵਲ ਤੇ ਪਹੁੰਚੇ ਆ ਅੱਗੇ ਵੀ ਪਹੁੰਚਾਂਗੇ ਬਹੁਤ ਅੱਗੇ ਦਾ ਲੈਵਲ ਸੋਚਿਆ ਹੋਇਆ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਤੁਹਾਡੀ ਯਾਰਾਂ ਦੋਸਤਾਂ ਦੀ ਹੈਲਪ ਨਾਲ ਆਪਾਂ ਅੱਗੇ ਵੀ ਜਾਵਾਂਗੇ ਜਦੋਂ ਬੰਦਾ ਕੋਈ ਵੀ ਕਿਸੇ ਲਾਈਨ ਦੇ ਵਿੱਚ ਜਦੋਂ ਅਚੀਵਮੈਂਟ ਕਰਦਾ ਹੈਗਾ ਤਾਂ ਬਹੁਤ ਸਾਰੀਆਂ ਦਿੱਕਤਾਂ ਮੁਸ਼ਕਿਲਾਂ ਪੇਸ਼ ਆਣੀਆਂ ਹੈਗੀਆਂ ਜੇ ਆਪਾਂ ਗੱਲ ਕਰੀਏ ਤਾਂ ਬਹੁਤ ਸਾਰੇ ਟੌਰਚਰ ਜਿਹੜੇ ਸਹਣ ਕੋਈ ਸਾਨੂੰ ਨਾ ਟੌਰਚਰ ਨਹੀਂ ਆ ਕਿਉਂਕਿ ਆਪਾਂ ਲੱਚਰ ਗਾਇਆ ਹੀ ਨਹੀਂ ਆਪਾਂ ਉਹੀ ਗਾਇਆ ਜਿਹੜਾ ਪਰਿਵਾਰ ਦੇ ਵਿੱਚ ਬਹਿ ਕੇ ਆਪਾਂ ਸੁਣ ਸਕੀਏ ਦੇਖ ਸਕੀਏ ਸਾਡੇ ਗਾਣਿਆਂ ਦੇ オリジナル ਵੀਊ ਹੁੰਦੇ ਆ ਜੇ ਗੱਲ ਕਰੀਏ ਜਾਂਦੇ ਜਾਂਦੇ ਤਾਂ ਜਸਿੰਦਰ ਹੁਣ ਦਾ ਹੁਣ ਫਿਊਚਰ ਪਲਾਨ ਕੀ ਆ ਕਿ ਗਾਣੇ ਜਿਹੜੇ ਆ ਤੁਹਾਡੇ ਕਿੰਨੇ ਕੁ ਔਰ ਕਿਹੜੇ ਕਿਹੜੇ ਨੇ ਸਾਡਾ ਇੱਕ ਤਿੰਨ ਚਾਰ ਗਾਣੇ ਬਿਲਕੁਲ ਰੈਡੀ ਆ ਕਿ ਯਾਰਾਂ ਦੋਸਤਾਂ ਤੇ ਆ ਇੱਕ ਟਰੱਕਾਂ ਤੇ ਆ ਤੇ ਇੱਕ ਅਸਲੇ ਤੇ ਆਪਾਂ ਕਦੇ ਨਹੀਂ ਗਾਉਣਾ ਤੇ ਨਾ ਹੀ ਕਦੇ ਗਾਇਆ ਹੈ ਤੇ ਉਸ ਤੋਂ ਬਾਅਦ ਜਿਹੜਾ ਸਾਡਾ ਹੁਣ ਟਰੈਕ ਆ ਬਿਲਕੁਲ ਰੈਡੀ ਆ ਉਹਦੀ ਮੈਂ ਇੱਕ ਲਾਈਨ ਸੁਣਾ ਸਕਦਾ ਬਿਲਕੁਲ ਵੀ ਸਾਡੇ ਨਾਲ ਵਿਗਾੜਨ ਤੋਂ ਪਹਿਲਾਂ ਸੋਚ ਲਈ ਸੁੱਖ ਨਾਲ ਮਿੱਤਰਾਂ ਦੀ ਬਣੀ ਮੌਤ ਮੈਸੇਜ ਛੋਟਾ ਜਿਹਾ ਮੈਂ ਦੇਣਾ ਚਾਹੂੰਗਾ ਕਿ ਜੇ ਆਪਾਂ ਚੰਗਾ ਸੁਣਨਾ ਸ਼ੁਰੂ ਕਰ ਦਈਏ ਤੇ ਮਾੜਾ ਗਾਉਣਾ ਤੇ ਗਾਉਣ ਵਾਲੇ ਤੇ ਲਿਖਣ ਵਾਲੇ ਆਪੇ ਬੰਦ ਹੋ ਜਾਣਗੇ ਬਸ ਮੇਰਾ ਪੂਰਾ ਯਕੀਨ ਹੈ ਇਸ ਗੱਲ ਤੇ ਪੂਰਾ ਯਕੀਨ ਹੈ ਜਦੋਂ ਆਪਾਂ ਕਿਸੇ ਚੀਜ਼ ਨੂੰ ਬढ़ावा ਦਿੰਨੇ ਆ ਤਾਂ ਉਹ ਚੀਜ਼ ਵੱਧਦੀ ਆ ਜੇ ਆਪਾਂ ਉਹਨਾਂ ਚੀਜ਼ਾਂ ਤੇ ਨੱਥ ਪਾਵਾਂਗੇ ਉਹ ਆਪਣੇ ਆਪ ਬੰਦ ਹੋ ਜਾਣਾ ਤੁਹਾਨੂੰ ਲੱਗਦਾ ਕਿ ਉਹ ਮਾਈਏ ਮੇਲੇ ਜਿਹੜੇ ਟੱਪੇ ਨੇ ਉਹ ਗਵਾਚ ਗਏ ਨੇ ਜਿਵੇਂ ਰਾਣੀ ਸੁੰਦਰਾਂ ਦੀ ਗੱਲ ਕੀਤੀ ਹੈ ਟਾਡੀ ਅਮਰ ਸਿੰਘ ਸ਼ੌਂਕੀ ਬੜੇ ਕਾਬਿਲ ਜਿਹੜੇ ਆ ਫਨਕਾਰ ਹੋਏ ਨੇ ਤੇ ਅੱਜ ਵੀ ਉਹਨਾਂ ਦੀਆਂ ਚੀਜ਼ਾਂ ਤੁਸੀਂ ਗਾ ਰਹੇ ਹੋ ਸਟੇਜਾਂ ਤੇ ਗਾਉਂਦੇ ਹੋ ਤੁਸੀਂ ਬਿਲਕੁਲ ਗਾਈਦੀ ਹੈ ਜੀ ਲੋਕਾਂ ਦਾ ਰਿਸਪੌਂਸ ਕੀ ਹੁੰਦਾ ਹੈ ਬਹੁਤ ਵਧੀਆ ਲੋਕੀ ਪਸੰਦ ਕਰਦੇ ਆ ਬਾਹਰ ਵੀ ਆਪਾਂ ਪਰਫਾਰਮ ਕਰਦੇ ਰਹੇ ਆ ਲੋਕਤੱਤ ਲੋਕ ਬੋਲੀਆਂ ਬਹੁਤ ਹੀ ਵਧੀਆ ਰਿਸਪੌਂਸ ਆਉਂਦਾ ਰਿਹਾ ਉਹਨਾਂ ਮਿਊਜ਼ੀਸ਼ੀਅਨਸ ਨੂੰ ਜਾਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹਾਂ ਜਿਹੜੇ ਆਪਣੀ ਲਾਈਫ ਚ ਡੀਮੋਰਲਾਈਜ਼ ਨੇ ਜਾਂ ਡਿਪੈਂਡ ਨੇ ਕਿਸੇ ਤੇ ਕਿ ਕੀ ਉਹਨਾਂ ਨੂੰ ਅੱਗੇ ਵਧਣ ਲਈ ਕੀ ਹੋਣਾ ਚਾਹੀਦਾ ਹੈ ਜਿਹੜਾ ਕੀ ਕਰਨਾ ਚਾਹੀਦਾ ਉਹਨਾਂ ਲਈ ਮੇਰਾ ਇਹੀ ਮੈਸੇਜ ਹੈ ਕਿ ਉਹਨਾਂ ਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ ਅੱਜ ਨਹੀਂ ਤਾਂ ਕੱਲ ਨਹੀਂ ਕੱਲ ਨਹੀਂ ਤਾਂ ਪਰਸੋਂ ਨਹੀਂ ਕਦੇ ਨਾ ਕਦੇ ਤੁਸੀਂ ਆਪਣੀ ਮੰਜ਼ਿਲ ਤੇ ਪਹੁੰਚੋਗੇ ਜੇ ਤੁਸੀਂ ਹਾਰ ਕੇ ਆਪਣੇ ਹਥਿਆਰ ਸਿੱਟ ਦਿੰਨੇ ਆ ਫਿਰ ਔਖਾ ਕਿਉਂਕਿ ਜਿਵੇਂ ਲੱਗਦਾ ਕਿ ਜਸਿੰਦਰ ਦਾ ਸਰਕਲ ਸਗਾ ਪੈਸੇ ਵਾਲੇ 2-4 ਜਦੋਂ ਦੋਸਤ ਸੀਗੇ ਜਿਨ੍ਹਾਂ ਨੇ ਤੁਹਾਨੂੰ ਇੰਪਰੂਵ ਕਰ ਦਿੱਤਾ ਪਰ ਕਈ ਨੇ ਨਹੀਂ ਹੈਗੇ ਤਾਂ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈਗਾ ਜੇ ਇਹ ਉਮੀਦ ਦੀ ਗੱਲ ਕਰੀਏ ਤਾਂ ਉਮੀਦ ਦੀ ਗੱਲ ਹੈ ਉਹਨਾਂ ਨੂੰ ਮਿਹਨਤ ਕਰਨੀ ਚਾਹੀਦੀ ਆ ਜੇ ਤੁਹਾਡੇ ਵਿੱਚ ਹੁਨਰ ਹੈ ਤਾਂ ਪੈਸੇ ਵਾਲੇ ਚੱਲ ਕੇ ਖੁਦ ਤੁਹਾਡੇ ਕੋਲ ਆਊਗੇ ਬਹੁਤ ਵੱਡੀ ਗੱਲ ਕੀਤੀ ਜੀ ਕਿ ਕਿਉਂਕਿ ਹੁਨਰ ਦਾ ਕੋਈ ਮੁੱਲ ਨਹੀਂ ਹੁੰਦਾ ਤੇ ਜਦੋਂ ਹੁਨਰ ਦਾ ਮੁੱਲ ਪੈ ਜਾਂਦਾ ਤੇ ਫਿਰ ਉਹ ਜਿਹੜਾ ਬੜਮੁੱਲਾ ਕੰਮ ਹੋ ਜਾਂਦਾ ਹੈਗਾ ਸੋ ਜਸਿੰਦਰ ਹੋਰ ਕੀ ਕਹਿਣਾ ਚਾਹੁੰਦੇ ਨੇ ਮੈਂ ਬੈਂਸਾ ਪਹਿਲਾਂ ਤਾਂ ਤੁਹਾਡੀ ਸਾਰੀ ਟੀਮ ਦਾ ਧੰਨਵਾਦ ਕਰਦਾ ਇੱਕ ਵਾਰ ਫੇਰ ਕੀ ਪ੍ਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਚੜ੍ਹਦੀ ਕਲਾ 'ਚ ਰੱਖੇ ਤੁਹਾਨੂੰ ਤੇ ਮੈਂ ਇੱਕ ਆ ਮੇਰਾ ਟਰੈਕ ਆਇਆ ਸੀ ਥੋੜੇ ਦਿਨ ਪਹਿਲਾਂ ਮੈਂ ਉਹਦੀਆਂ ਚੰਦ ਲਾਈਨਾਂ ਤੁਹਾਡੀ ਨਜ਼ਰ ਕਰਦਾ ਜਾਂਦੇ ਜਾਂਦੇ ਹੋਗੇ ਮਾਂ ਵਿੱਚੋਂ ਸਾਡੀ ਨੀ ਅਗੇ ਮ ਵਖਰੀ ਦਿਸ ਜਾਂਦੀ ਪਿੰਡੋਂ ਬਾਹਰ ਲੱਗੀ ਛਤਰੀ ਨੀ ਮੈਂ 10 12 ਟਾਂਕੀ ਤੇ ਚੜਾਏ ਹੁੰਦਿਆ ਜਦੋਂ ਮਰਜੀ ਤੂੰ ਲਾਲੀ ਪਿੰਡ ਵੱਲ ਗਿਆ ਦਾ ਆ ਬੈਂਸ ਨੇ ਕਬੂਤਰ ਉਡਾਏ ਹੁੰਦੇ ਆ ਜਦੋਂ ਮਰਜੀ ਤੂੰ ਲਾਲੀ ਪਿੰਡ ਵੱਲ ਗਿਆ ਦਾ ਯਾਰਾਂ ਨੇ ਕਬੂਤਰ ਉਡਾਏ ਹੁੰਦੇ ਆ ਬਹੁਤ ਖੂਬ ਜੀ ਇਹਨੂੰ ਕਹਿੰਦੇ ਦਿਲੋਂ ਗਾਣਾ ਢੋਗਾਣਾ ਤੇ ਮਿਹਨਤ ਕਰਕੇ ਗਾਣਾ ਕਿਉਂਕਿ ਜੇ ਗੱਲ ਕੀਤੀ ਹੈਗੀ ਆ ਇਹਨਾਂ ਨੇ ਕਿ ਮੈਂ ਇੱਕ ਮਿਊਜ਼ੀਸ਼ੀਅਨ ਤੋਂ ਜਿਹੜਾ ਆ ਉਹ ਸਿੱਦਾ ਮਿਹਨਤ ਕਰਕੇ ਇੱਕ ਗਾਇਕੀ ਵਾਲਾ ਆਪਣਾ ਨਾਮ ਚਮਕਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਮੈਂ ਸਫਲ ਵੀ ਹੁੰਦਾ ਜਾ ਰਿਹਾ ਹਾਂ ਸੋ ਇਸ ਸਫਲਤਾ ਨੂੰ ਮੋਹਰਾ ਤੁਸੀਂ ਲਾਣੀਆਂ ਨੇ ਕਿਉਂਕਿ ਸਰੋਤੇ ਹੋ ਦਰਸ਼ਕੋਂ ਸੰਗਤੋਂ ਸਭ ਤੋਂ ਵੱਡਾ ਰਤਬਾ ਜਿਹੜਾ ਤੁਹਾਡਾ ਹੈਗਾ ਸੋ ਜਸਿੰਦਰਨਾ ਇਹ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਵੀਡੀਓ ਦੇ ਇਨਬਾਕਸ ਕਮੈਂਟ ਵਿੱਚ ਆਪਣੇ ਸੁਝਾਅ ਜਰੂਰ ਦੇਣੇ ਨਵੀਆਂ ਤੇ ਤਾਜ਼ੀਆਂ ਖਬਰਾਂ ਲਈ ਸਾਡੇ ਨਾਲ ਬਨੇ ਰਹੋ ਜਦ ਤੱਕ ਅਸੀਂ ਕਿਸੇ ਹੋਰ ਸੈਲੀਬ੍ਰਿਟੀ ਨੂੰ ਕਿਸੇ ਖਬਰ ਨੂੰ ਤੁਹਾਡੇ ਤੱਕ ਲੈ ਕੇ ਪਹੁੰਚਦੇ ਹਾਂ ਤੱਕ ਤੱਕ ਲਈ ਤੁਸੀਂ ਆਪਣਾ ਤੇ ਆਪਣੇ ਦਾ ਖਿਆਲ ਰੱਖਣਾ ਪੰਜਾਬੀ ਵਰਲਡਵਾਈਡ ਤੋਂ ਪ੍ਰਦੀਪ ਬੈਂਸ ਕੈਮਰਾ ਪਰਸਨ ਗੁਰਪਾਲ ਸਿੰਘ ਦੇ ਨਾਲ